ਸਰਗੁਣ ਤੇ ਨਿਰਗੁਣ ਦੋ ਸ਼ਬਦ ਨੇ। ਸਰਗੁਣ ਦਾ ਅਰਥ ਹੈ ਵੀ ਸਾਹਮਣੇ ਪ੍ਰਤੱਖ ਵਸਤੂ ਹੋਵੇ ਤੇ ਉਹਦੀ ਪੂਜਾ ਕੀਤੀ ਜਾਂਦੀ ਹੈ। ਨਿਰਗੁਣ ਦਾ ਮਤਲਬ ਹੈ ਵੀ ਜਿਹੜੀ ਚੀਜ਼ ਦਿਸੇ ਨਾ, ਜਿਹਨੂੰ ਮਨ ਵਿੱਚ ਵਸਾਇਆ ਜਾਵੇ, ਜਿਹਨੂੰ ਹਿਰਦੇ ਵਿੱਚ ਵਸਾ ਕੇ ਉਹਦੀ ਬੰਦਗੀ ਕੀਤੀ ਜਾਵੇ, ਉਹਨੂੰ ਨਿਰਗੁਣ ਪੂਜਾ ਕਿਹਾ ਜਾਂਦਾ ਹੈ। ਹੁਣ ਇਹਦੇ 'ਚ ਕੋਈ ਦੋਰਾਵਾਂ ਨਹੀਂ, ਭਾਵੇਂ ਕਿ ਲੋਕਾਂ ਨੇ, ਕਈਆਂ ਨੇ ਤਰਕ ਕੀਤਾ ਕਿ ਪੱਥਰ 'ਚੋਂ ਰੱਬ ਦੀ ਪ੍ਰਾਪਤੀ ਹੋ ਸਕਦੀ ਹੈ, ਪਰ ਸੱਚ ਜਾਣਿਓ ਜਦੋਂ ਤੁਸੀਂ ਆਪਣੇ ਗੁਰੂ ਕੇ ਇਤਿਹਾਸ ਨੂੰ ਪੜ੍ਹੋਗੇ, ਸਰਗਣ ਪੂਜਾ ਤੋਂ ਬਾਅਦ ਹੀ ਨਿਰਗੁਣ ਪੂਜਾ ਜਨਮ ਲੈਂਦੀ ਹੈ। ਪਹਿਲਾਂ ਸਰਗਣ ਪੂਜਾ ਕਿਸੇ ਨਾ ਕਿਸੇ ਤਰੀਕੇ ਨਾਲ ਕਰਨੀ ਪੈਂਦੀ ਹੈ। ਹੁਣ ਭਾਈ ਲਹਿਣਾ ਜੀ, ਉਹਨਾਂ ਨੇ ਸਰਗੁਣ ਪੂਜਾ ਪਹਿਲਾਂ ਕੀਤੀ, ਵੇਖੋ ਦੇਵੀ ਦੀ ਪੂਜਾ ਕਰਦੇ ਰਹੇ, ਪਰ ਉਹਦੇ ਤੋਂ ਬਾਅਦ ਇੱਕ ਸਮਾਂ ਐਸਾ ਆਇਆ ਵੀ ਨਿਰਗੁਣ ਨਿਰੰਕਾਰ ਵਾਹਿਗੁਰੂ ਦੀ ਪੂਜਾ ਵਿੱਚ ਆ ਕੇ ਜੁੜ ਗਏ।